ਪਿਸਤੌਲ ਦਿਖਾ ਕੇ ਕੁਝ ਲੁਟੇਰਿਆਂ ਦੇ ਵੱਲੋਂ ਇੱਕ ਮਨੀ ਐਕਸਚੇਂਜਰ ਨੂੰ ਲੁੱਟਿਆ ਗਿਆ ਹੈ। ਦੁਕਾਨ ਦੇ ਅੰਦਰ ਵੜ ਕੇ 2.5 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ। ਜਿਸ ਤੋਂ ਬਾਅਦ ਇਸ ਮਨੀ ਐਕਸਚੇਂਜਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਫਿਰ ਪੁਲਿਸ ਦੇ ਵੱਲੋਂ CCTV ਕੈਮਰੇ ਖੰਗਾਲੇ ਜਾ ਰਹੇ ਨੇ ਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ, ਜਿੱਥੇ ਬੰਗਾਂ ਦੇ ਅਧੀਨ ਆਉਂਦੇ ਬਹਿਰਾਮ ਦੇ ਮੇਨ ਰੋਡ ਤੇ ਨਕਾਬਪੋਸ਼ ਲੁਟੇਰਿਆਂ ਦੇ ਵੱਲੋਂ ਪਿਸਤੌਲ ਦੀ ਨੋਕ ਤੇ 2.5 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ। ਦੁਕਾਨਦਾਰ ਨੇ ਦੱਸਿਆ ਕਿ ਜਦੋਂ ਦੁਕਾਨ ਦੇ ਵਿੱਚ ਮੌਜੂਦ ਸੀ ਤਾਂ ਉਸੇ ਦੌਰਾਨ ਹੀ ਬਾਈਕ ਤੇ 2 ਲੁਟੇਰੇ ਆਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਨੇ ਹੈਲਮੇਟ ਪਹਿਨਿਆ ਹੁੰਦਾ ਹੈ, ਜਦਕਿ ਦੂਸਰੇ ਨੇ ਰੁਮਾਲ ਦੇ ਨਾਲ ਆਪਣਾ ਮੂੰਹ ਢੱਕਿਆ ਹੋਇਆ ਸੀ। ਆ ਕੇ ਦੁਕਾਨਦਾਰ ਦੇ ਪਿਤਾ ਦੇ ਸਿਰ ਤੇ ਪਿਸਤੌਲ ਲਗਾ ਦਿੰਦੇ ਨੇ ਅਤੇ ਫਿਰ ਪੈਸਿਆਂ ਦੀ ਮੰਗ ਕਰਦੇ ਨੇ ਤੇ ਇੱਥੋਂ ਦੁਕਾਨ ਦੇ ਅੰਦਰੋਂ 2.5 ਲੱਖ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਜਾਂਦੇ ਨੇ। ਦੱਸਿਆ ਜਾ ਰਿਹਾ ਹੈ ਕਿ ਇੱਥੇ ਥਾਣਾ ਵੀ ਇਸ ਦੁਕਾਨ ਤੋਂ ਮਹਿਜ਼ 100 ਮੀਟਰ ਦੀ ਦੂਰੀ ਤੇ ਹੈ, ਪਰ ਫਿਰ ਵੀ ਲੁਟੇਰਿਆਂ ਦੇ ਵੱਲੋਂ ਇੱਥੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਭੰਡਾਰੀ ਟੂਰ ਐਂਡ ਟਰੈਵਲਸ ਦੀ ਇਹ ਦੁਕਾਨ ਹੈ ਜਿੱਥੋਂ ਲੁੱਟ ਹੋਈ ਹੈ। 2 ਲੁਟੇਰੇ ਇੱਥੇ ਆਉਂਦੇ ਨੇ ਬਾਈਕ ਤੇ ਸਵਾਰ ਹੋ ਕੇ, ਇੱਕ ਨੇ ਹੈਲਮੇਟ ਪਹਿਨਿਆ ਹੁੰਦਾ ਹੈ, ਦੂਜੇ ਨੇ ਆਪਣਾ ਮੂੰਹ ਰੁਮਾਲ ਨਾਲ ਢੱਕਿਆ ਹੁੰਦਾ ਹੈ ਤੇ ਇਹਨਾਂ ਦਾ ਇੱਕ ਹੋਰ ਸਾਥੀ ਜੋ ਆਪਣੀ ਵੱਖਰੀ ਬਾਈਕ ਦੇ ਉੱਤੇ ਪੁਲ ਦੇ ਹੇਠਾਂ ਖੜਾ ਹੁੰਦਾ ਹੈ, ਇੰਤਜ਼ਾਰ ਕਰ ਰਿਹਾ ਹੁੰਦਾ ਹੈ। ਜਦੋਂ ਇਹ ਲੁੱਟ ਕਰਕੇ ਫਰਾਰ ਹੁੰਦੇ ਨੇ ਤਾਂ ਉਸ ਦੌਰਾਨ ਉਹ ਦੇਖਦੇ ਨੇ ਕਿ ਇਹ 2 ਜਿਹੜੇ ਬਾਈਕ ਸਵਾਰ ਸਨ ਲੁਟੇਰੇ, ਇਹਨਾਂ ਦਾ ਇੱਕ ਹੋਰ ਸਾਥੀ ਜੋ ਪਹਿਲਾਂ ਹੀ ਬਾਈਕ ਦੇ ਉੱਤੇ ਖੜਾ ਸੀ, ਇਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਉੱਥੋਂ ਇਹ ਫਰਾਰ ਹੋ ਜਾਂਦੇ ਨੇ। ਨਾਲ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ CCTV ਕੈਮਰੇ ਖੰਗਾਲੇ ਜਾ ਰਹੇ ਨੇ ਤੇ ਜਲਦ ਹੀ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਏਗਾ। ਪਿਸਤੌਲ ਦਿਖਾ ਕੇ ਕੁਝ ਲੁਟੇਰਿਆਂ ਦੇ ਵੱਲੋਂ ਇੱਕ ਮਨੀ ਐਕਸਚੇਂਜਰ ਨੂੰ ਲੁੱਟਿਆ ਗਿਆ ਹੈ। ਦੁਕਾਨ ਦੇ ਅੰਦਰ ਵੜ ਕੇ 2.5 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ। ਜਿਸ ਤੋਂ ਬਾਅਦ ਇਸ ਮਨੀ ਐਕਸਚੇਂਜਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਫਿਰ ਪੁਲਿਸ ਦੇ ਵੱਲੋਂ CCTV ਕੈਮਰੇ ਖੰਗਾਲੇ ਜਾ ਰਹੇ ਨੇ ਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ, ਜਿੱਥੇ ਬੰਗਾਂ ਦੇ ਅਧੀਨ ਆਉਂਦੇ ਬਹਿਰਾਮ ਦੇ ਮੇਨ ਰੋਡ ਤੇ ਨਕਾਬਪੋਸ਼ ਲੁਟੇਰਿਆਂ ਦੇ ਵੱਲੋਂ ਪਿਸਤੌਲ ਦੀ ਨੋਕ ਤੇ 2.5 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ। ਦੁਕਾਨਦਾਰ ਨੇ ਦੱਸਿਆ ਕਿ ਜਦੋਂ ਦੁਕਾਨ ਦੇ ਵਿੱਚ ਮੌਜੂਦ ਸੀ ਤਾਂ ਉਸੇ ਦੌਰਾਨ ਹੀ ਬਾਈਕ ਤੇ 2 ਲੁਟੇਰੇ ਆਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਨੇ ਹੈਲਮੇਟ ਪਹਿਨਿਆ ਹੁੰਦਾ ਹੈ, ਜਦਕਿ ਦੂਸਰੇ ਨੇ ਰੁਮਾਲ ਦੇ ਨਾਲ ਆਪਣਾ ਮੂੰਹ ਢੱਕਿਆ ਹੋਇਆ ਸੀ। ਆ ਕੇ ਦੁਕਾਨਦਾਰ ਦੇ ਪਿਤਾ ਦੇ ਸਿਰ ਤੇ ਪਿਸਤੌਲ ਲਗਾ ਦਿੰਦੇ ਨੇ ਅਤੇ ਫਿਰ ਪੈਸਿਆਂ ਦੀ ਮੰਗ ਕਰਦੇ ਨੇ ਤੇ ਇੱਥੋਂ ਦੁਕਾਨ ਦੇ ਅੰਦਰੋਂ 2.5 ਲੱਖ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਜਾਂਦੇ ਨੇ। ਦੱਸਿਆ ਜਾ ਰਿਹਾ ਹੈ ਕਿ ਇੱਥੇ ਥਾਣਾ ਵੀ ਇਸ ਦੁਕਾਨ ਤੋਂ ਮਹਿਜ਼ 100 ਮੀਟਰ ਦੀ ਦੂਰੀ ਤੇ ਹੈ, ਪਰ ਫਿਰ ਵੀ ਲੁਟੇਰਿਆਂ ਦੇ ਵੱਲੋਂ ਇੱਥੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਭੰਡਾਰੀ ਟੂਰ ਐਂਡ ਟਰੈਵਲਸ ਦੀ ਇਹ ਦੁਕਾਨ ਹੈ ਜਿੱਥੋਂ ਲੁੱਟ ਹੋਈ ਹੈ। ਦੋ ਲੁਟੇਰੇ ਇੱਥੇ ਆਉਂਦੇ ਨੇ ਬਾਈਕ 'ਤੇ ਸਵਾਰ ਹੋ ਕੇ, ਇੱਕ ਨੇ ਹੈਲਮਟ ਪਹਿਨਿਆ ਹੁੰਦਾ ਹੈ, ਦੂਜੇ ਨੇ ਆਪਣਾ ਮੂੰਹ ਰੁਮਾਲ ਨਾਲ ਢੱਕਿਆ ਹੁੰਦਾ ਹੈ ਅਤੇ ਇਹਨਾਂ ਦਾ ਇੱਕ ਹੋਰ ਸਾਥੀ ਜੋ ਆਪਣੀ ਵੱਖਰੀ ਬਾਈਕ ਦੇ ਉੱਤੇ ਪੁਲ ਦੇ ਹੇਠਾਂ ਖੜ੍ਹਾ ਹੁੰਦਾ ਹੈ, ਇੰਤਜ਼ਾਰ ਕਰ ਰਿਹਾ ਹੁੰਦਾ ਹੈ ਜਦੋਂ ਇਹ ਲੁੱਟ ਕਰਕੇ ਫਰਾਰ ਹੁੰਦੇ ਨੇ। ਤਾਂ ਉਸ ਦੌਰਾਨ ਉਹ ਦੇਖਦੇ ਨੇ ਕਿ ਇਹ ਦੋ ਜਿਹੜੇ ਬਾਈਕ ਸਵਾਰ ਸਨ ਲੁਟੇਰੇ, ਇਹਨਾਂ ਦਾ ਇੱਕ ਹੋਰ ਸਾਥੀ ਜੋ ਪਹਿਲਾਂ ਹੀ ਬਾਈਕ ਦੇ ਉੱਤੇ ਖੜ੍ਹਾ ਸੀ, ਇਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਉੱਥੋਂ ਇਹ ਫਰਾਰ ਹੋ ਜਾਂਦੇ ਨੇ। ਫਿਲਹਾਲ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ CCTV ਕੈਮਰੇ ਖੰਗਾਲੇ ਜਾ ਰਹੇ ਨੇ ਅਤੇ ਜਲਦ ਹੀ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਏਗਾ। ਭੰਡਾਰੀ ਟੂਰ ਐਂਡ ਟਰੈਵਲ।